हम यहाँ से देख रहे थे तो पुलिस के ऊपर से बॉटल्स जा रही थी। Unfortunately, the Muslim community generally is on edge. We live next to each other in houses. We send our children to the same schools. Kabhi nahi, kabhi mind mein bhi nahi aata ki kuch aisa kuch hoga. The events of 22 are a landmark in the history of the city. Okay, main khud ek aisi family se hoon jahan par mere dada Hindu the aur meri dadi Musliman the. It's left a legacy of a bit of mistrust. Hope we can count on your support. I will definitely. We need you on the 4th of July. I'll come and see you. Leicester ਦੀਆਂ ਸੜਕਾਂ ਉੱਤੇ ਘਰੋ ਘਰੀ ਜਾ ਕੇ ਚੋਣ ਪ੍ਰਚਾਰ ਕਰ ਰਹੇ ਭਾਰਤੀ ਮੂਲ ਦੇ ਕੀਥ ਵਾਜ਼ ਨੂੰ ਦੇਖ ਕੇ ਇਹ ਕਹਿਣਾ ਮੁਸ਼ਕਲ ਹੈ ਕਿ ਇਹ ਉਹੀ ਥਾਂ ਹੈ ਜਿੱਥੇ ਸਤੰਬਰ 2022 ਵਿੱਚ ਹਿੰਦੂ ਅਤੇ ਮੁਸਲਮਾਨ ਭਾਈਚਾਰਿਆਂ ਦੇ ਵਿੱਚ ਹਿੰਸਕ ਝੜਪਾਂ ਹੋਈਆਂ ਸਨ। ਕੀਥ ਵਾਜ਼ 32 ਸਾਲ ਤੱਕ ਪੂਰਬੀ ਲੈਸਟਰ ਸੀਟ ਤੋਂ ਲੇਬਰ ਪਾਰਟੀ ਦੀ ਟਿਕਟ ਉੱਤੇ ਜਿੱਤ ਕੇ ਸੰਸਦ ਮੈਂਬਰ ਰਹਿ ਚੁੱਕੇ ਹਨ। ਇਸ ਵਾਰ ਦੀਆਂ ਚੋਣਾਂ ਵਿੱਚ ਉਹ ਇੱਕ ਨਵੀਂ ਪਾਰਟੀ ਵਨ ਲੈਸਟਰ ਵੱਲੋਂ ਚੋਣ ਲੜ ਰਹੇ ਹਨ। ਲੈਸਟਰ ਨਾਲ ਇੰਨੇ ਸਾਲਾਂ ਤੱਕ ਜੁੜੇ ਰਹਿਣ ਕਰਕੇ ਉਹ ਇੱਕ ਜਾਣਿਆ ਪਛਾਣਿਆ ਚਿਹਰਾ ਹਨ। ਜਦੋਂ ਉਹ ਲੋਕਾਂ ਨੂੰ ਮਿਲਦੇ ਹਨ ਉਹ ਉਹਨਾਂ ਦੇ ਸਥਾਨਕ ਮੁੱਦਿਆਂ ਦੀ ਗੱਲ ਕਰਦੇ ਹਨ। ਜਿਸ ਗੱਲ ਦੀ ਚਰਚਾ ਨਹੀਂ ਹੁੰਦੀ ਉਹ ਉਸ ਤਣਾਅ ਭਰੇ ਸਮੇਂ ਦੀ ਹੈ ਜਦੋਂ ਵੱਖ ਵੱਖ ਸੱਭਿਆਚਾਰਾਂ ਦੀ ਮਿਸਾਲ ਮੰਨਿਆ ਜਾਣ ਵਾਲਾ ਲੈਸਟਰ ਹਿੰਸਾ ਦੀ ਅੱਗ ਵਿੱਚ ਬਲਿਆ ਸੀ। 17 ਸਤੰਬਰ 2022 ਨੂੰ ਦੋਵਾਂ ਭਾਈਚਾਰਿਆਂ ਦੇ ਵਿਚਾਲੇ ਚੱਲ ਰਿਹਾ ਤਣਾਅ ਸੜਕਾਂ ਉੱਤੇ ਉਤਰ ਆਇਆ ਸੀ। ਇਹਨਾਂ ਹਿੰਸਕ ਝੜਪਾਂ ਦੇ ਦੌਰਾਨ ਹਮਲੇ ਹੋਏ, ਕਈ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹਨਾਂ ਝੜਪਾਂ ਵਿੱਚ ਕੁਝ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਅਤੇ ਦਰਜਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕੁਝ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਤਣਾਅ ਵਧੇਰੇ ਤੌਰ 'ਤੇ ਭਾਰਤ ਅਤੇ ਪਾਕਿਸਤਾਨ ਦੇ ਕ੍ਰਿਕਟ ਮੈਚਾਂ ਦੇ ਦੌਰਾਨ ਦੇਖਿਆ ਜਾਂਦਾ ਸੀ, ਪਰ 2022 ਵਿੱਚ ਹਾਲਾਤ ਇੰਨੇ ਵਿਗੜੇ ਕਿ ਦੋਵਾਂ ਭਾਈਚਾਰਿਆਂ ਦੇ ਵਿੱਚ ਬਣ ਚੁੱਕੀ ਇੱਕ ਗਹਿਰੀ ਖੱਡ ਸਾਫ਼ ਦਿਖਣ ਲੱਗੀ। ਗੁਜਰਾਤੀ ਮੂਲ ਦੇ ਧਰਮੇਸ਼ ਲਖਾਨੀ ਲੈਸਟਰ ਦੇ ਉਸੇ ਬੇਲਗ੍ਰੇਵ ਰੋਡ ਉੱਤੇ ਇੱਕ ਰੈਸਟੋਰੈਂਟ ਚਲਾਉਂਦੇ ਹਨ ਜਿੱਥੇ ਭਿਆਨਕ ਹਿੰਸਾ ਹੋਈ ਸੀ। ਉਸ ਦਿਨ ਦੀਆਂ ਯਾਦਾਂ ਉਹਨਾਂ ਦੇ ਜ਼ਿਹਨ ਵਿੱਚ ਅੱਜ ਵੀ ਜਿਉਂਦੀਆਂ ਹਨ। उस दिन हम उधर से हमारा मेरा बिजनेस है उधर से निकले थे। मैं चल के इधर से आया, यहाँ काफ़ी लोग इकट्ठे हुए थे एंड इन दिस एरिया इट वाज हंड्रेड्स एंड हंड्रेड्स ऑल इट वाज लाइक एन एंग्री मॉब बट आई डिडंट फील स्केयर्ड बिकॉज आई न्यू अ लॉट ऑफ दिस पीपल बिकॉज वी हैव लिव्ड साथ में एक ही सिटी में हम साथ में रहे 50 साल से ओवर 50 ईयर्स। यहाँ खड़ा था मैं देख रहा था कि ये तो ये क्या हो रहा है, जिस हमारा सिटी जैसे कि जल रहा है। अगर यहाँ हम खड़े हैं तो यहाँ सामने राइट साइड पे कार वॉश देख सकते हैं। तो अराउंड द कार वॉश एक कोडन हुआ था पुलिस का पूरा सेमी सर्कल में अराउंड द कार वॉश। ये देख रहा हूँ मैं, ये सामने एक शिवालय है जी, हमारा तो मंदिर है यहाँ जी, मंदिर है। तो यहाँ ट्रबल हो रही थी और यहाँ मंदिर और यहाँ मंदिर है, तो इस मंदिर पे भी कोई जी हुआ था आँच आई थी ना, कोई लड़के ये वॉल चढ़ के फ्लैग निकाल के फ्लैग खींचा एक बार, एक नीचे लाए उसको जलाने की कोशिश की, थोड़ा जला, बाद में मुस्लिम कम्युनिटी वाले लड़के ने वो बंद कर दिया आग। कैसा नहीं करना चाहिए क्योंकि जिसने भी किया वो आग भड़काना का कोशिश है, मगर जो दूसरे भी वो ग्रुप में थे वो सब ऐसे नहीं थे। वो देवर एंग्री कि क्या हुआ उस दिन, जो भी हुआ अच्छा नहीं हुआ ओवरऑल, दोनों कम्युनिटीज को बहुत बुरा लगा। लेस्टर नू दहाकियां तो सभ्याचारक वक्रता सहन शक्ति अते भाईचारक सांझ दी मिसाल मन्या जांदा रहा। इट वाज अ शॉक टू एनीवन हु नोज लेस्टर। ਜੋ ਵੀ ਲੈਸਟਰ ਨੂੰ ਜਾਣਦਾ ਹੈ ਉਹਦੇ ਲਈ ਇਹ ਹੈਰਾਨ ਕਰਨ ਵਾਲਾ ਹੈ। ਜਿਵੇਂ ਕਿ ਅਸੀਂ ਸੜਕ ਤੇ ਚੱਲਦੇ ਹੋਏ ਵੇਖਿਆ, ਇਹ ਜਗ੍ਹਾ ਵੱਖ-ਵੱਖ ਧਰਮਾਂ ਅਤੇ ਵੱਖ-ਵੱਖ ਪਿਛੋਕੜ ਵਾਲੇ ਲੋਕਾਂ ਦਾ ਮਿਸ਼ਰਣ ਹੈ, ਤਾਂ ਜਦੋਂ ਇੰਝ ਹੋਇਆ ਉਹ ਮੇਰੇ ਲਈ ਇੱਕ ਝਟਕਾ ਸੀ। ਅਸੀਂ ਪਹਿਲਾਂ
ਕਦੇ ਅਜਿਹਾ ਤਜਰਬਾ ਨਹੀਂ ਕੀਤਾ ਅਤੇ ਮੈਨੂੰ ਲੱਗਦਾ ਹੈ ਇਸ ਦੇ ਪਿੱਛੇ ਕਈ ਵਜ੍ਹਾ ਹਨ, ਜਿਸ ਵਿੱਚ ਕੋਵਿਡ ਦਾ ਲੋਕਡਾਊਨ, ਇੱਥੇ ਦੀ ਆਰਥਿਕ ਸਥਿਤੀ ਅਤੇ ਰੋਜ਼ਗਾਰ ਦਾ ਨਾ ਹੋਣਾ ਸ਼ਾਮਿਲ ਹਨ। ਇਹ ਇੱਕ ਚਿੰਗਿਆਰੀ ਸੀ। ਮੈਨੂੰ ਲੱਗਦਾ ਹੈ ਕਿ ਅਜਿਹੀ ਘਟਨਾ ਸੀ ਜੋ ਇੱਕੋ ਵਾਰ ਹੀ ਹੁੰਦੀ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਅਜਿਹਾ ਕਿਉਂ ਹੋਇਆ। ਬੈਲਗ੍ਰੇਵ ਰੋਡ ਇੱਕ ਅਜਿਹਾ ਇਲਾਕਾ ਹੈ ਜਿੱਥੇ ਆ ਕੇ ਲੱਗਦਾ ਹੈ ਕਿ ਜਿਵੇਂ ਤੁਸੀਂ ਹਿੰਦੁਸਤਾਨ ਵਿੱਚ ਹੋਵੋ, ਚਾਹੇ ਰੈਸਟੋਰੈਂਟ ਹੋਵੇ ਜਾਂ ਕੱਪੜਿਆਂ ਅਤੇ ਗਹਿਣਿਆਂ ਦੀਆਂ ਦੁਕਾਨਾਂ। ਜ਼ਿਆਦਾਤਰ ਭਾਰਤੀ ਮੂਲ ਦੇ ਲੋਕ ਹੀ ਇਹਨਾਂ ਨੂੰ ਚਲਾਉਂਦੇ ਹਨ। ਇੱਥੋਂ ਦੇ ਕਾਰੋਬਾਰੀ ਅੱਜ ਵੀ ਅਸ਼ਾਂਤੀ ਦੇ ਅਸਰ ਨੂੰ ਮਹਿਸੂਸ ਕਰਦੇ ਹਨ। ਉਸ ਰਾਈਟਸ ਉਸ ਡਿਸਟਰਬੈਂਸ ਕੇ ਬਾਅਦ ਇਹ ਹੋ ਗਿਆ ਹੈ ਕਿ ਥੋੜ੍ਹਾ ਸਾ ਬਿਜ਼ਨਸ ਇਸ ਪੇ ਇਫੈਕਟ ਆਇਆ ਹੈ। ਵੋ ਇਸ ਤਰ੍ਹਾਂ ਕਾ ਆਇਆ ਹੈ ਕਿ ਲੋਕ ਇੱਕ ਵਾਰ ਆਨੇ ਸੇ ਪਹਿਲੇ ਸੋਚਤੇ ਹੈ, ਇਨਕੁਆਇਰੀਜ਼ ਕਰਤੇ ਹੈ ਕਿ ਕਿਆ ਸਭ ਸਹੀ ਹੈ। ਸਪੈਸ਼ਲੀ ਜੈਸੇ ਕਿ ਇੰਡੀਆ ਪਾਕਿਸਤਾਨ ਕੀ ਰੀਸੈਂਟਲੀ ਅਭੀ 2020 ਕੀ ਮੈਚ ਹੋਈ ਥੀ, ਤੋ ਪਹਿਲੇ ਵੋ ਜਲਦੀ ਜਲਦੀ ਸੁਬਹੇ ਆ ਗਏ, ਹਮੇ ਫੋਨ ਕਰਕੇ ਅਪੋਇੰਟਮੈਂਟ ਲੇਤੇ ਹੈ ਕਿ ਮੈਚ ਸ਼ੁਰੂ ਹੋਣੇ ਸੇ ਪਹਿਲੇ ਹਮ ਨਿਕਲ ਜਾਏ। ਇੱਕ ਡਰ ਹੋ ਗਿਆ ਲੋਕੋ ਕੇ ਦਿਮਾਗ ਮੇਂ, ਅਭੀ ਇਸ ਚੀਜ਼ ਕਾ ਯੇ ਜੋ ਫੁੱਟ ਸਟੈਪ ਛੋੜ ਗਈ ਨਾ, ਵੋ ਚੀਜ਼ ਵੋ ਨਿਕਲਤੇ ਨਿਕਲਤੇ ਥੋੜ੍ਹੀ ਦੇਰ ਤੋਂ ਲਗੇਗੀ। ਕਭੀ ਮਾਇੰਡ ਮੇਂ ਵੀ ਨਹੀਂ ਆਤਾ ਕਿ ਕੁਛ ਐਸਾ ਕੁਛ ਹੋਗਾ। ਦੋ ਸਾਲ ਮੇਂ ਤੇ ਟ੍ਰੇਡ के पॉइंट ऑफ व्यू से मैं देखती हूँ तो यस इट इज़ गोन डाउन। आउट ऑफ टाउन से जो हमारे साउथ एशियन कस्टमर्स आते थे वो कम हो गए हैं, बिकॉज ऑब्वियसली इट वॉज एवरीवेयर ऑन द मीडिया एंड एवरीथिंग। सो उससे आई थिंक पीपल गॉट स्केड एंड सो डिड पीपल अराउंड लेस्टर डिड। लेस्टर में पिछले कई दशकों से साउथ एशियन कम्युनिटी की एक बड़ी आबादी रहती आ रही है, जिसमें हिंदू भी शामिल हैं और मुसलमान भी। लेकिन पिछले कुछ सालों में हालात ऐसे बन गए हैं कि लेस्टर के कुछ कोनों में हिंदू जनसंख्या मेजॉरिटी में हो गई है और कुछ इलाकों में मुसलमान ज़्यादा संख्या में बस गए हैं। ऐसा ही इलाका ये एविंगटन रोड है। यहाँ पर एक बहुत बड़ी मस्जिद है। दुकानों के साइनेजेस पर नज़र डालें तो साफ पता चलता है कि इन बिजनेसेस को मुसलमान चला रहे हैं, और आते जाते लोगों को देखकर इस बात में कोई शक नहीं रह जाता कि ये एक मुस्लिम मेजॉरिटी एरिया है। ये समझना सौखा नहीं है कि विदेश विच दहाकियां तो इकट्ठे रहने वाले दो भाईचारे क्यों एक दूजे के दुश्मन बन गए। ਦੋਵੇਂ ਹੀ ਭਾਈਚਾਰੇ 2022 ਦੀਆਂ ਘਟਨਾਵਾਂ ਨੂੰ ਲੈ ਕੇ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਮੁਸਲਿਮ ਭਾਈਚਾਰਾ ਲਗਾਤਾਰ ਖਤਰਾ ਮਹਿਸੂਸ ਕਰ ਰਿਹਾ ਹੈ, ਉਹ ਲਗਾਤਾਰ ਤਣਾਅ ਮਹਿਸੂਸ ਕਰਦਾ ਹੈ। ਸਾਨੂੰ ਲੱਗਦਾ ਹੈ ਕਿ ਵਿਸ਼ਵ ਪੱਧਰ ਦੇ ਹਿੰਦੂ ਅੰਦੋਲਨ ਦੇ ਜ਼ਰੀਏ ਮੁਸਲਮਾਨਾਂ ਦੀ ਆਬਾਦੀ ਨੂੰ ਨਾਰਾਜ਼ ਕਰਨਾ ਇੱਕ ਰਾਜਨੀਤੀ ਦਾ ਮਕਸਦ ਹੈ। ਦੰਗਿਆਂ ਤੋਂ ਪਹਿਲਾਂ ਭਾਈਚਾਰਕ ਸਾਂਝ ਦਾ ਇੱਕ ਰਿਸ਼ਤਾ ਸੀ, ਅਸੀਂ ਚਾਹੁੰਦੇ ਹਾਂ ਕਿ ਉਹ ਵਾਪਸ ਆ ਜਾਵੇ। ਸਾਡਾ ਮੰਨਣਾ ਹੈ ਕਿ ਲੈਸਟਰ ਦੇ ਜ਼ਿਆਦਾਤਰ ਹਿੰਦੂ ਸ਼ਾਂਤੀ ਚਾਹੁੰਦੇ ਨੇ। ਹਿੰਦੂਆਂ ਨੂੰ ਮੁਸਲਮਾਨਾਂ, ਸਿੱਖਾਂ ਜਾਂ ਧਰਮ ਵਿੱਚ ਵਿਸ਼ਵਾਸ ਨਾ ਰੱਖਣ ਵਾਲੇ ਲੋਕਾਂ ਨਾਲ ਵੀ ਹਮਦਰਦੀ ਹੈ, ਹਾਲਾਂਕਿ ਸਾਨੂੰ ਲੱਗਦਾ ਹੈ ਕਿ ਉਹਨਾਂ ਦੀ ਆਵਾਜ਼ ਦਬੀ ਹੋਈ ਹੈ। ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਹੋਇਆ ਉਸਨੂੰ ਸਮਝਣ ਲਈ ਲੋਕਾਂ ਵਿੱਚ ਮਹਿੰਗਾਈ, ਰੁਜ਼ਗਾਰ ਅਤੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ ਦੇ ਸੰਘਰਸ਼ਾਂ ਅਤੇ ਉਹਨਾਂ ਨਾਲ ਜੁੜੀ ਨਿਰਾਸ਼ਾ ਨੂੰ ਸਮਝਣਾ ਪਵੇਗਾ। ਲੋਕ ਉਹਨਾਂ ਘਟਨਾਵਾਂ ਨੂੰ ਭੁੱਲੇ ਨਹੀਂ ਹਨ, ਉਹਨਾਂ ਘਟਨਾਵਾਂ ਨੇ ਬੇਭਰੋਸਗੀ ਦੀ ਵਿਰਾਸਤ ਛੱਡੀ ਹੈ, ਤੇ ਸਾਡਾ ਇਹ ਮੰਨਣਾ ਗਲਤ ਹੋਵੇਗਾ ਕਿ ਚੀਜ਼ਾਂ ਹੁਣ ਸ਼ਾਂਤ ਹੋ ਗਈਆਂ ਨੇ, ਸਮੱਸਿਆ ਦੂਰ ਹੋ ਗਈ ਹੈ। ਸਾਨੂੰ ਸਬਕ ਸਿੱਖਣਾ ਹੋਵੇਗਾ। ਜੇਕਰ ਅਸੀਂ ਸਬਕ ਨਹੀਂ ਸਿੱਖਾਂਗੇ ਤਾਂ ਉਹਨਾਂ ਗਲਤੀਆਂ ਨੂੰ ਵਾਰ ਵਾਰ ਦੁਹਰਾਉਣ ਦਾ ਖਤਰਾ ਰਹੇਗਾ। ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ ਲੋਕਾਂ ਦੇ ਨਾਲ ਗੱਲ ਕਰਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਉਹਨਾਂ ਘਟਨਾਵਾਂ ਨੇ ਲੋਕਾਂ ਦੇ ਮੂੰਹ ਦੇ ਵਿੱਚ ਇੱਕ ਖਰਾਬ ਸਵਾਦ ਛੱਡ ਦਿੱਤਾ ਹੈ, ਲੋਕਾਂ ਨੂੰ ਹੋਰ ਜ਼ਿਆਦਾ ਬੇਭਰੋਸਗੀ ਮਹਿਸੂਸ ਕਰਵਾਈ ਹੈ। ਪਰ ਮੈਨੂੰ ਲੱਗਦਾ ਹੈ ਕਿ ਲੈਸਟਰ ਦੇ ਲੋਕਾਂ ਨੇ ਹਮੇਸ਼ਾ ਮੁਸ਼ਕਿਲਾਂ ਦਾ ਸਾਹਮਣਾ ਕਰ ਅੱਗੇ ਵੱਧ ਕੇ ਕਦਮ ਚੁੱਕਿਆ। ਲੈਸਟਰ ਵਿੱਚ ਹੋਈ ਹਿੰਸਾ ਦੇ ਕਾਰਨਾਂ ਦੀ ਤਹਿ ਤੱਕ ਪਹੁੰਚਣ ਲਈ ਫਿਲਹਾਲ ਦੋ ਜਾਂਚਾਂ ਚੱਲ ਰਹੀਆਂ ਨੇ। ਇਹਨਾਂ ਵਿੱਚੋਂ ਇੱਕ ਜਾਂਚ ਸਰਕਾਰ ਕਰਵਾ ਰਹੀ ਹੈ ਅਤੇ ਦੂਜੀ ਜਾਂਚ ਲੰਡਨ ਦੀ SOAS ਯੂਨੀਵਰਸਿਟੀ ਕਰ ਰਹੀ ਹੈ। ਲੈਸਟਰ ਵਿੱਚ ਪਿਛਲੇ 60 ਸਾਲਾਂ ਤੋਂ ਰਹਿ ਰਹੇ ਭਾਰਤੀ ਮੂਲ ਦੇ ਪ੍ਰੋਫੈਸਰ ਗੁਰਹਰਪਾਲ ਸਿੰਘ ਕਹਿੰਦੇ ਹਨ ਕਿ ਅਸ਼ਾਂਤੀ ਦੇ ਨਿਸ਼ਾਨ ਹਾਲੇ ਵੀ ਮੌਜੂਦ ਹਨ, ਕਿਉਂਕਿ ਜਿਨ੍ਹਾਂ ਕਾਰਨਾਂ ਕਰਕੇ ਅਸ਼ਾਂਤੀ ਹੋਈ ਉਹਨਾਂ ਵਿੱਚ ਕੋਈ ਖਾਸ ਬਦਲਾਅ ਨਹੀਂ ਆਇਆ ਹੈ। ਇੱਥੇ ਕਈ ਭਾਈਚਾਰਿਆਂ ਦੇ ਲੋਕ ਵਸੇ ਹੋਏ ਨੇ। ਇੱਥੇ ਖੇਤਰੀ ਅਧਿਕਾਰਾਂ ਨੂੰ ਲੈ ਕੇ ਤਣਾਅ ਬਣਿਆ ਹੋਇਆ ਹੈ। ਰਾਮ ਮੰਦਿਰ ਦੇ ਉਦਘਾਟਨ ਅਤੇ ਉਸ ਤੋਂ ਬਾਅਦ ਹੋਣ ਵਾਲੇ ਸਮਾਗਮਾਂ ਨੂੰ ਲੈ ਕੇ ਤਣਾਅ ਬਣਿਆ ਹੋਇਆ ਹੈ।
ਦੱਖਣੀ ਏਸ਼ੀਆ ਵਿੱਚ ਜਾਂ ਇੱਥੇ ਕੋਈ ਵੀ ਮਹੱਤਵਪੂਰਨ ਘਟਨਾ ਸੰਘਰਸ਼ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਦੇ ਗੁੱਟਾਂ ਨੂੰ ਲਾਮਬੰਦ ਕਰ ਸਕਦੀ ਹੈ। ਵੁੱਡ ਯੂ ਸੇ ਦੈਟ ਵਟਐਵਰ ਹੈਪਨਡ, ਕੀ ਤੁਸੀਂ ਕਹੋਗੇ ਕਿ ਜੋ ਕੁਝ ਵੀ ਹੋਇਆ, ਜਿਸ ਤਰ੍ਹਾਂ ਨਾਲ ਚੀਜ਼ਾਂ ਨਾਲ ਨਜਿੱਠਿਆ ਗਿਆ, ਉਹ ਸ਼ਾਸਨ ਦੀ ਅਸਫਲਤਾ ਹੈ? ਐਬਸੋਲੂਟਲੀ, ਬਿਲਕੁਲ। ਮੈਂ ਇੱਕ ਅਜਿਹੇ ਵਿਅਕਤੀ ਦੇ ਤੌਰ ਤੇ ਕਹਿ ਸਕਦਾ ਹਾਂ ਜੋ ਪਿਛਲੇ 60 ਸਾਲਾਂ ਤੋਂ ਲੈਸਟਰ ਵਿੱਚ ਰਹਿ ਰਿਹਾ ਹੈ। ਜੋ ਸੰਕਟ ਹੋਇਆ ਹੈ ਉਸ ਨਾਲ ਨਜਿੱਠਣ ਲਈ ਨਾ ਤਾਂ ਰਾਸ਼ਟਰੀ ਪੱਧਰ ਤੇ ਅਤੇ ਨਾ ਹੀ ਸਥਾਨਕ ਪੱਧਰ ਤੇ ਕੋਈ ਕਦਮ ਚੁੱਕਿਆ ਗਿਆ ਹੈ। ਉਪਰ ਉਪਰ ਸੇ ਦੇਖੇ ਤੋ ਲਗਤਾ ਹੈ ਲੈਸਟਰ ਮੇ ਹਾਲਾਤ ਸਾਮਾਨਯ ਹੋ ਚੁਕੇ ਹੈ, ਲੇਕਿਨ ਯਹਾਂ ਕੇ ਲੋਗੋਂ ਸੇ ਬਾਤ ਕਰੇ ਤੋ ਸਮਝ ਮੇ ਆਤਾ ਹੈ ਕਿ 2022 ਮੇ ਹੋਈ ਹਿੰਸਕ ਘਟਨਾਓਂ ਕੀ ਖਲਿਸ਼ ਯਹਾਂ ਕੀ ਇੱਕ ਬੜੀ ਆਬਾਦੀ ਕੇ ਜ਼ਹਿਨ ਮੇ ਆਜ ਵੀ ਤਰੋਤਾਜ਼ਾ ਹੈ। ਯਹਾਂ ਕੇ ਲੋਕ ਕਹਤੇ ਹੈ ਕਿ 2022 ਮੇ ਜੋ ਹੁਆ ਉਸਸੇ ਲੈਸਟਰ ਕੀ ਛਵੀ ਖਰਾਬ ਹੋਈ, ਔਰ ਅਗਰ ਉਨ ਬੁਰੀ ਯਾਦੋਂ ਸੇ ਇਸ ਸ਼ਹਿਰ ਕੋ ਆਗੇ ਬੜਨਾ ਹੈ ਤੋ ਉਸ ਹਿੰਸਾ ਕੇ ਲੀਏ ਜ਼ਿੰਮੇਦਾਰ ਲੋਗੋਂ ਕੀ ਪਹਿਚਾਨ ਕਰਨੀ ਹੋਗੀ ਔਰ ਦੋਸ਼ੀਓਂ ਕੋ ਸਜ਼ਾ ਦਿਲਵਾਨੀ ਹੋਗੀ। ਉਹ ਕਹਤੇ ਹੈ ਕਿ ਜਬ ਤੱਕ ਯੇ ਨਹੀਂ ਕੀਆ ਜਾਤਾ ਤਬ ਤੱਕ ਲੈਸਟਰ ਕੇ ਜ਼ਖਮ ਹਰੇ ਹੀ ਰਹੇਂਗੇ।